हाल चाल है, मैं हाँ तुहाडा अपना जीत मॉडिफाइड क्लब तो। यार अज वीडियो लैके आया बड़ी घेंट है। तो सब तो पहले चैनल भाई सब की करना चाहिए, सबसक्राइब तो यार फटाफट सबसक्राइब करो, तो इंस्टाग्राम आई डी जाके फटाफट कर लो फॉलो मॉडिफाइड अंडरस्कोर क्लब 2020। जिन्नी गड्डी की गल करा ना वधिया, जिन्ने प्यारे मोड किए हैं, जिन्नी गड्डी की पहचान पूरे फगवाड़े च बोला है ना, उस तो बाद मेरे भरा दी है। तो भरा अपना नाम आप पहले दसूगा, फिर मैं दसूंगा तुम्हें भाई, तुम आप भी अभी जान गए हो गए हूँ तक ना। हाँ जी, हाँ जी भाई, मेरा नाम भाई हनी है जी। तो भाई फुगवाड़े तो आया, तो सबनों पता है भाई का बाकी। तो भाई का ना कहने का मतलब नेचर एक नंबर है, फुल मजाकिया फुल मतलब ना दिल लाई रखते हैं। तो भाई नू भाई का स्नैपचैट आई डी है ना। हाँ जी, स्नैपचैट आई डी भाई किस नाम तो अपनी? मेरी है भाई जी मेट हनीत नाम तो। तो तुम उत्तर सच मार सकते हो भाई नाल, तो अटैच कर लो तुम मतलब ऐड कर सकते हो। हाँ जी, रोज दे भाई देना मजेदार होंगे है। तो क्लोल भाई फुल फुल पाते। तो गड्डी बारे हम तुम्हें दस दें भाई ने गड्डी एक नंबर रखी है भाई। परचेज आप मतलब इसी साल या पिछले साल? रीज लाई है लास्ट टाइम भाई ने फुल रीज लाई थी, उस तो बाद हुण इह च रीज लाई है। रीज इदां लाई है कि सब तो पहले तुहानूं यार इहदे अलॉय व्हील वाल लैके जा रहे हैं। गड्डी विच 20 इंच भाई ने अलॉय व्हील रखे ने, ते मोए दा लुक आ रही है, देख सकते हो ब्लैक दे नाल सिल्वर दा कॉम्बीनेशन इन्ना वधिया बन रहा ना। हां जी भाई, मतलब लुक है गड्डी दी। मैं एक बार बोलूंगा, मैं आप हट के तुहानू एक बार पिछों दिखाऊंगा, तुसीं देख सकदे हो गड्डी दी लुक। ते हरी अपने हनीवीर नूं पुछूंगा वीरे एक चीज अपने नूं दसोगे तुसीं यार कि गड्डी विच चलाण च कोई दिक्कत परेशानी? नहीं नहीं भाई, कोई प्रॉब्लम नहीं, कोई प्रॉब्लम। हां जी, मैं जिहड़ा मैं कबरेदा हुंदा सी उत्ते भी मनाली जा के आया सी 20 इंच ਉਹ ਚ ਭਾਈ ਨੇ 20 ਇੰਚ ਅਪਡੇਟ ਕੀਤਾ ਹੋਇਆ ਸੀ। ਉਹਦਾ ਵੀਡੀਓ ਦਾ ਵੀ ਲਿੰਕ ਇੱਥੇ ਆਪਾਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਛੱਡ ਦਾਂਗੇ, ਤੁਸੀਂ ਉਹ ਵੀਡੀਓ ਵੀ ਜਾ ਕੇ ਦੇਖ ਸਕਦੇ ਹੋ। ਉੱਤੇ ਭਾਈ ਨੇ ਫੁੱਲ ਮਤਲਬ ਨਾ ਰੀਜ ਲਾਈ ਸੀ, ਪੂਰੀ ਅੱਤ ਵਾਲੀ ਫੀਲਿੰਗ ਕਰਾ ਰੱਖੀ ਸੀ। ਤੇ ਉਸ ਤੋਂ ਭਾਈ ਆਪਾਂ ਗੱਲ ਕਰੀਏ ਅਲੋਈ ਬਿਲਡਰ ਉੱਤੇ ਆਪਣਾ ਕੀ ਖਰਚਾ ਆਇਆ ਸੀ? ਭਾਜੀ 90,000 ਰੁਪਏ ਲੱਗਾ ਸੀ ਭਾਈ। 90,000 ਰੁਪਏ ਲੱਗਾ ਸੀਗਾ, ਤੇ 90,000 ਰੁਪਏ ਭਾਈ ਦੇ ਲੱਗੇ ਸੀਗੇ। ਤੁਸੀਂ ਵੇਖ ਸਕਦੇ ਹੋ ਯਾਰ ਗੱਡੀ ਮਜ਼ੇਦਾਰ ਲੱਗ ਰਹੀ ਲੁੱਕ। ਤੇ ਇਹਦੇ ਵਿੱਚ ਭਾਈ ਆਪਾਂ ਸਾਨੂੰ ਕੋਈ ਸਪੈਸ਼ਲ ਲਾਉਣ ਦੀ ਲੋੜ ਪਈ ਆ? ਨਹੀਂ ਭਾਈ, ਡਾਇਰੈਕਟ ਡਾਇਰੈਕਟ ਫਿਟਮੈਂਟ ਆਈ ਆ, ਤੁਸੀਂ ਵੇਖ ਸਕਦੇ ਹੋ ਕੋਈ ਇਹਦੇ ਵਿੱਚ ਸਪੇਸਰ ਨਹੀਂ ਫਿੱਟ ਕੀਤਾ, ਡਾਇਰੈਕਟ ਫਿਟਮੈਂਟ ਹੈ। ਬਹੁਤ ਅੱਛੀ ਲੁੱਕ ਆ ਰਹੀ ਹੈ, ਤੇ ਉੱਤੋਂ ਦੀ ਬਲੈਕ ਕਲਰ ਹੈ, ਤੇ ਬਲੈਕ ਕਲਰ ਨੂੰ ਸੰਭਾਲ ਵੱਧ ਰੱਖ। ਹਾਂਜੀ ਜੀ ਭਾਈ, ਮੈਂ ਬਲੈਕ ਕਲਰ ਹੀ ਲੈਣਾ ਸੀ ਯਾਰ ਕਿ ਮੈਂ ਡੈਡੀ ਨੂੰ ਕਹੀ ਮੈਂ ਲੈਣਾ ਬਲੈਕ ਕਲਰ, ਉਹ ਕੋਈ ਕਲਰ ਦੇ, ਮੇਰੇ ਡੈਡੀ ਕਹਿੰਦੇ ਵਾਈਟ ਲੈਣਾ, ਮੈਂ ਕਹਿੰਦੀ ਲੈਣੀ ਬਲੈਕ ਹੈ। ਤੇ ਬਲੈਕ ਕਲਰ ਗੱਡੀ ਦੀ ਲੁੱਕ ਹੀ ਬਹੁਤ ਵਧੀਆ ਆਉਂਦੀ ਹੈ। ਤੇ ਇੱਕ ਚੀਜ਼ ਮੈਂ ਬੋਲਾਂਗਾ, ਜਿਹੜੇ ਭਾਈ ਨੇ ਉੱਤੇ ਜਿਹੜੇ ਆਪਣੇ ਕ੍ਰੋਸ ਬਾਰ ਲਗਾਏ ਨੇ ਭਾਜੀ, ਮਤਲਬ ਇੱਥੇ ਲੱਗਦੇ ਨਹੀਂ। ਹਾਂਜੀ ਭਾਈ, ਬਹੁਤ ਲੋਕਾਂ ਨੇ ਹੱਥ ਖੜੇ ਕਰਤੇ, ਬਰੀਜ਼ਾ ਚਲਾ ਮਤਲਬ ਕ੍ਰੇਟਾ ਚ ਲੱਗਣਾ ਹੀ ਨਹੀਂ ਹੈਗੇ। ਤੇ ਆਪਾਂ ਲਗਾਏ ਕਿਦਾਂ ਭਾਜੀ? ਜਿਹੜੇ ਆਹ ਚੀਜ਼ ਹੈ ਭਾਜੀ, ਹਾਂਜੀ ਇਹ ਮੈਂ ਭਾਜੀ ਡੰਡੇ, ਹਾਂਜੀ ਡੰਡੇ, ਇਹਨੂੰ ਇਹਨੂੰ ਕ੍ਰੋਸ ਵਾਲੀ ਕਹਿੰਦੇ ਆਦਾ। ਇਹ ਮੈਂ ਏਜੰਸੀ ਦਾ ਲਵਾਇਆ ਸੀ ਸਪੈਸ਼ਲੀ, ਉਹਨਾਂ ਨੂੰ ਕਹਿ ਕੇ ਕਿ ਲਾ ਕੇ ਦਿਓ ਸੀ ਮੈਨੂੰ, ਠੀਕ ਹੈ। ਫਿਰ ਉਸ ਤੋਂ ਬਾਅਦ ਭਾਜੀ ਆਹ ਫਿਰ ਲੱਗ ਜਾਂਦੇ ਸੀਗੇ, ਜੇ ਆਹ ਹੁੰਦੀ ਕੀ, ਇਹ ਹੁੰਦੀ ਹੈ ਤੇ ਹੀ ਲੱਗਣਾ, ਨਹੀਂ ਤੇ ਨਹੀਂ ਲੱਗਣਾ। ਤੇ ਇਹ ਤੁਸੀਂ ਵੇਖ ਸਕਦੇ ਹੋ ਅੱਛੀ ਲੁੱਕ ਦੇ ਰਹੀ ਹੈ, ਇੱਕ ਨਾ ਗੱਡੀ ਨੂੰ ਬਲਕੀ ਲੁੱਕ ਜਾਂਦਾ ਹੈ ਨਾ। ਤੇ ਟੌਪ ਮਾਡਲ ਆ ਅੰਦਰ ਭਾਈ ਦੇ ਸਨਰੂਫ ਪੂਰੀ ਆ, ਤੇ ਉਹਦੇ ਨਾਲ ਲੁੱਕ ਹੀ ਬੜਾ ਪਿਆਰਾ ਆ ਰਿਹਾ ਨਾ ਭਾਈ ਅੰਦਰ। ਤੇ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਤੁਹਾਨੂੰ ਬੈਕ ਸਾਈਡ ਵਾਲੇ ਪਾਸੇ ਲੈ ਕੇ ਚੱਲਦੇ ਆ। ਤੇ ਬੈਕ ਸਾਈਡ ਵਾਲੇ ਪਾਸੇ ਜਨਾ ਭਾਈ ਨੇ ਡਿੱਗੀ ਦੇ ਵਿੱਚ ਇੱਕ ਬੰਬ ਵੀ ਫਿੱਟ ਕੀਤਾ ਹੈ ਨਾ। ਹਾਂਜੀ ਭਾਈ, ਤੇ ਦਿਖਾਉਂਦੇ ਆ ਤੁਹਾਨੂੰ ਕਿੱਕਰ ਦਾ ਇੱਕ ਇਹੋ ਜਿਹਾ ਸਬ ਵੂਫਰ, ਉਸ ਤੋਂ ਬਾਅਦ ਸਾਊਂਡ ਸੈਟਅਪ ਇੰਨਾ ਲਾਊਡੈਸਟ, ਤੇ ਕਿੱਕਰ ਦਾ L7 ਫਿੱਟ ਕੀਤਾ ਹੈ ਭਾਈ ਨੇ, ਤੇ ਇੱਕ ਵਧੀਆ ਅੱਛੇ ਇਨਕਲੂਜ਼ਰ ਦੇ ਨਾਲ ਤੁਸੀਂ ਵੇਖ ਸਕਦੇ ਹੋ। ਤੇ ਉਸ ਤੋਂ ਬਾਅਦ ਭਾਈ ਨੇ 4 ਕੈਨਵੁੱਡ ਦੇ ਓਵਰ ਲਾਏ ਨੇ, ਮਤਲਬ 2 ਪੇਅਰ ਕੈਨਵੁੱਡ ਹੋ ਗਏ ਤੇ 2 ਪੇਅਰ 2150 ਹੋ ਗਏ ਪਾਇਨੀਅਰ ਓਲਡ ਸਕੂਲ ਜਿਹਨੂੰ ਆਪਾਂ ਕਹੀਦਾ। ਤੇ 2150 ਤੁਹਾਨੂੰ ਸਾਰਿਆਂ ਨੂੰ ਪਤਾ ਯਾਰ ਕਿ ਕਿੰਨੇ ਵਧੀਆ ਸਾਊਂਡ ਕੱਢਦੇ ਆ, ਉਹ ਬਹੁਤ ਹੀ ਵਧੀਆ। ਮੇਰੇ ਤੋਂ ਜ਼ਿਆਦਾ ਭਰਾ ਨੂੰ ਹੀ ਨੌਲੇਜ ਹੋਏਗੀ ਕਿਉਂਕਿ ਭਰਾ ਨੂੰ ਸਾਊਂਡ ਨਾਲ ਬਹੁਤ ਪਿਆਰ। ਹਾਂਜੀ ਹਾਂਜੀ ਭਾਈ, ਸਹੀ ਗੱਲ ਸਹੀ ਗੱਲ। ਤੇ ਇੰਨਾ ਸਮਾਨ ਪੁਰਾਣਾ ਭਰਾ ਨੇ ਇਕੱਠਾ ਕਰਕੇ ਰੱਖਿਆ ਹੈ ਨਾ। ਹਾਂਜੀ ਭਾਈ, ਮੈਂ ਸਭ ਕੁਝ ਰੱਖਿਆ ਹੀ ਪਹਿਲੇ ਲੈ ਕੇ। ਤੇ ਮਜ਼ੇਦਾਰ ਚੀਜ਼ ਆ। ਤੇ ਇਹਦਾ ਸਾਊਂਡ ਦੇ ਸੈਟਅਪ ਦਾ ਇੱਕ ਸਾਫ ਸੁਥਰੀ ਵਾਇਰਿੰਗ ਕਹੀਏ, ਤੇ ਇੱਕ ਅੱਛਾ ਅਗਰ ਇੰਨਾ ਅੱਛਾ ਸੈਟਅਪ ਲੱਗਾ ਹੋਇਆ ਨਾ, ਤੇ ਇਹਨੂੰ ਇੱਕ ਅੱਛੀ ਪ੍ਰੋਪਰ ਫਿਟਮੈਂਟ ਚਾਹੀਦੀ ਹੁੰਦੀ ਹੈ, ਤੇ ਉਹ ਭਰਾ ਨੇ ਕਰਵਾਈ ਹੈ। ਤੇ ਮੈਂ ਇੱਕ ਵਾਰ ਗਗਨਵੀਰ ਨੂੰ ਬੋਲਾਂਗਾ, ਉਧਰੋਂ ਆਏਗਾ, ਤੇ ਇਧਰੋਂ ਮੈਂ ਤੁਹਾਨੂੰ ਦਿਖਾਉਂਦਾ ਸਾਰਾ ਕੁਝ ਇਹਦਾ ਕੰਪਲੀਟਲੀ। ਤੇ ਭਰਾ ਨੇ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਸਾਊਂਡ ਬੈਰੀਅਰ ਦੇ 2 ਐਂਪ ਰੱਖੇ ਨੇ, ਇੱਕ ਕਿੱਕਰ ਦਾ ਮੋਨੋ ਰੱਖਿਆ, ਤੇ ਇਹ ਆਪਣਾ ਵਾਇਰਲੈਸ ਹੂਟਰ ਦਾ ਹੈ ਨਾ ਵੀਰੇ। ਤੇ ਇੱਕ ਚੀਜ਼ ਤੁਹਾਨੂੰ ਇਹ ਦੱਸਦਾ ਭਰਾ ਨੇ ਨਾ, ਇਹਦੇ ਵਿੱਚ ਅਗਰ ਬੂਫਰ ਵਧਾਣੇ ਹੋਣ ਤੇ ਉਹਦੇ ਲਈ ਨਾ ਭਰਾ ਨੇ ਪਹਿਲੇ ਹੀ ਵਾਇਰਿੰਗ ਐਕਸਟਰਾ ਪਵਾ ਕੇ ਛੱਡੀ ਹੈ। ਤੁਸੀਂ ਇਸ ਸਾਰੇ ਨਾਲ ਕਮੈਂਟ 'ਚ ਮਤਲਬ ਇਸ ਸਾਰੇ ਨਾਲ ਸੋਚਿਓ ਕਿ ਇਹਦੇ ਵਿੱਚ ਵਾਇਰਿੰਗ ਹਟੀ ਹੋਈ ਹੈ ਨਹੀਂ। ਇਹ ਪੁਰਾਣੇ ਬੂਫਰ ਵਧਾਣੇ ਆ ਤੇ ਉਹਦੇ ਲਈ ਪੁਰਾਣੇ ਛੱਡੇ ਨੇ। ਤੇ ਉਸ ਤੋਂ ਬਾਅਦ ਗੱਡੀ ਦੇ ਵਿੱਚ ਡੈਂਪ ਭਾਈ ਨੂੰ ਪੁੱਛਦਾ ਕੀਤੀ ਹੈ ਕਿ ਨਹੀਂ। ਤੇ ਭਾਈ
उस तो बाद इना दस दिए गड्डी दे विच जिहड़ा हेड यूनिट यूज किया गया वह यूज किया गया कंपनी वाले स्टॉक। हाँ जी भाई, उहदे विच नाल इक चीज होर इहदे विच बंब लगी है डी एस पी। हाँ जी, ਤੇ ਆਓ ਮੈਂ ਇੱਕ ਵਾਰ ਤੁਹਾਨੂੰ ਉਹ ਦਿਖਾਉਣਾ। ਤੇ ਉਹਦੇ ਨਾਲ ਨਾਲ ਗੱਡੀ ਦੇ ਵਿੱਚ ਇੱਕ ਚੀਜ਼ ਹੋਰ ਬਹੁਤ ਪਿਆਰੀ ਲੱਗੀ ਹੈ, ਸੈਂਟਰ ਸਪੀਕਰ, ਉਹ ਵੀ ਯਾਮਾਹਾ ਦਾ। ਲਾਸਟ ਟਾਈਮ ਕੋਈ ਨਾ ਆਪਣੀ ਗੱਡੀ 'ਚ ਇੱਕ ਲਗਾਇਆ ਹੋਇਆ ਸੀ ਤੇ ਹੁਣ ਵੀ ਲਗਾਇਆ, ਤੇ ਹੈਡ ਯੂਨਿਟ ਤੁਸੀਂ ਦੇਖ ਸਕਦੇ ਹੋ। ਤੇ ਭਾਈ ਡੀ ਐਸ ਪੀ ਆਪਾਂ ਇੰਸਟਾਲ ਕਿੱਥੇ ਕੀਤਾ? ਤਾਂ ਭਾਈ ਬੂਟ ਛੱਡ ਬੂਟ। ਤੇ ਡੀ ਐਸ ਪੀ ਤੁਸੀਂ ਦੇਖ ਸਕਦੇ ਹੋ ਕਿੰਨਾ ਨੰਬਰ ਭਾਈ? 9900 ਜਿਹਨੂੰ ਆਪਾਂ ਕਹਿੰਦੇ ਹਾਂ। ਤੇ ਬਹੁਤ ਅੱਛਾ। ਤੇ ਇਹਦਾ ਮੈਂ ਪ੍ਰਾਈਸਿੰਗ ਤੁਹਾਨੂੰ ਜ਼ਰੂਰ ਪੁੱਛੂੰਗਾ ਭਾਈ ਨੂੰ ਕਿ ਇਕੱਲਾ ਡੀ ਐਸ ਪੀ ਦਾ ਭਾਈ ਨੇ ਕੀ ਪ੍ਰਾਈਸ ਖਰੀਦਿਆ? ਹਾਂਜੀ ਭਾਜੀ, ਇਹ ਲਿਆ ਸੀ ਮੈਂ 40,000 ਦਾ, 40,000। ਕਿੰਨਾ ਟਾਈਮ ਹੋ ਗਿਆ ਲਿੱਤੇ ਨੂੰ ਵੀ? ਭਾਈ ਲਿੱਤੇ ਨੂੰ ਬਹੁਤ ਟਾਈਮ ਹੋ ਗਿਆ ਮੈਨੂੰ ਹੁਣ ਭਾਜੀ। ਹਾਂਜੀ, ਮੈਂ ਦੋ ਤਿੰਨ ਗੱਡੀਆਂ ਬਦਲੀਆਂ, ਹੋ ਗਿਆ ਉਹੀ ਚੱਲਦਾ। ਤੇ ਇਹ ਸੀਗਾ ਭਾਈ ਨੇ ਕਾਫੀ ਟਾਈਮ ਹੋ ਗਿਆ ਉਹਨੂੰ ਖਰੀਦੇ। ਅੱਧੇ ਟਾਈਮ 'ਚ ਆਪਾਂ ਗੱਲ ਕਰੀਏ 70-80,000 ਦਾ। ਹਾਂਜੀ ਹਾਂਜੀ, ਹੁਣ ਤਾਂ ਭਾਵੇਂ। ਤੇ ਇਹ ਚੀਜ਼ ਹੋ ਗਈ। ਤੇ ਸਾਊਂਡ ਦਾ ਸੈਟਅਪ ਦਾ ਪ੍ਰਾਈਸਿੰਗ ਆਪਾਂ ਐਂਡ 'ਚ ਪੁੱਛਾਂਗੇ। ਪਹਿਲੇ ਤੁਸੀਂ ਐਨ ਸੀ ਐਸ ਦਾ ਮਿਊਜ਼ਿਕ ਦੇ ਨਾਲ ਇੰਜੋਏ ਕਰੋ। ਤੇ ਪੰਜਾਬੀ ਵਰਜ਼ਨ ਤੁਸੀਂ ਸਾਡੇ ਇੰਸਟਾਗ੍ਰਾਮ ਆਈ ਡੀ ਜਾ ਸਕਦੇ ਹੋ, ਮੋਡੀਫਾਈਡ ਅੰਡਰਸਕੋਰ ਕਲੱਬ 2020। ਤੇ ਆਓ ਤੁਹਾਨੂੰ ਐਨ ਸੀ ਐਸ ਦਾ ਮਿਊਜ਼ਿਕ। ਲੱਗਾ ਤੁਹਾਨੂੰ ਮਿਊਜ਼ਿਕ? ਅਤੇ ਇੱਕ ਚੀਜ਼ ਆਪਾਂ ਭਾਈ ਨੂੰ ਹੋਰ ਪੁੱਛਣਾ, ਉਸ ਤੋਂ ਪਹਿਲਾਂ ਤੁਸੀਂ ਕਮੈਂਟ ਕਰਕੇ ਦੱਸਣਾ ਗੱਡੀ ਵਿੱਚ ਕੀ ਪਸੰਦ ਆਇਆ। ਅਤੇ ਭਾਈ ਇੱਕ ਚੀਜ਼ ਪੁੱਛਾਂਗੇ ਕਿ ਆਪਾਂ ਡੋਰ ਦੀ ਗੱਲ ਹੀ ਨਹੀਂ ਕੀਤੀ, ਡੋਰਾਂ 'ਚ ਕਿਹੜੇ ਸਪੀਕਰ ਫਿੱਟ ਨੇ ਸਾਰੇ? ਭਾਅ ਜੀ ਫਰੰਟ 'ਤੇ ਭਾਅ ਜੀ ਹੈਗੇ ਆ ਡੀ ਬੀ ਡੈਫਬੋਨ। ਹਾਂਜੀ ਡੈਫਬੋਨਸ। ਅਤੇ ਰੇਅਰ 'ਚ ਹੈਗੇ ਭਾਅ ਜੀ MTX। ਦੋਨੋਂ ਮਿਡਸ ਹੈ। ਅਤੇ ਮਿਡਸ ਤੁਹਾਨੂੰ ਸਾਰਿਆਂ ਨੂੰ ਪਤਾ ਵੋਕਲ ਹੀ ਕਰਦੀਆਂ, ਅਤੇ ਇੰਨਾ ਪਿਆਰਾ ਮਜ਼ੇਦਾਰ ਵਾਲੀਅਮ ਨਿਕਲਿਆ ਨਾ, ਮਜ਼ਾ ਆ ਗਿਆ ਮੈਨੂੰ। ਅਤੇ ਅਗਰ ਤੁਹਾਨੂੰ ਅੱਛਾ ਲੱਗਾ ਹੋਵੇ ਪਲੀਜ਼ ਕਮੈਂਟ ਕਰਕੇ ਦੱਸਿਓ। ਅਤੇ ਗੱਡੀ ਕਿੱਦਾਂ ਹੀ ਲੱਗੀ ਹੈ ਲਾਈਕ ਸ਼ੇਅਰ ਕਮੈਂਟ ਤੁਸੀਂ ਕਰਨਾ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਅਤੇ ਚੈਨਲ ਨੂੰ ਕਰਨਾ ਸਬਸਕ੍ਰਾਈਬ। ਅਤੇ ਇਹੋ ਜਿਹੀਆਂ ਹੋਰ ਮਜ਼ੇਦਾਰ ਵੀਡੀਓ ਵੇਖਣ ਲਈ ਤਾਂ ਯਾਰ ਕਰਨਾ ਜ਼ਰੂਰੀ ਆ। ਬਾਕੀ ਮਿਲਦੇ ਹਾਂ ਆਪਾਂ ਇਹੋ ਜਿਹੀਆਂ ਹੋਰ ਮਜ਼ੇਦਾਰ ਵੀਡੀਓਜ਼ ਲੈ ਕੇ। ਥੈਂਕ ਯੂ ਫੋਰ ਵਾਚਿੰਗ।